ਅੰਮ੍ਰਿਤਸਰ ਦੇ ਗੇਟ ਹਕੀਮਾ ਚੌਕੀ ਵਿਖੇ ਵਾਲਮੀਕਿ ਸਮੁਦਾਇ ਯਾਨੀ ਕਿ ਵਾਲਮੀਕਿ ਭਾਈਚਾਰੇ ਨਾਲ ਜੁੜੇ ਲੋਕਾਂ ਵੱਲੋਂ ਪੁਲਿਸ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਪ੍ਰਧਾਨ ਵਿਜੇ ਕੁਮਾਰ ਤੇ ਨਛੱਤਰ ਸਿੰਘ ਨਾਂ ਦੇ ਇੱਕ ਵਿਅਕਤੀ ਵੱਲੋਂ ਆਪਣੇ ਕੁਝ ਸਾਥੀਆਂ ਨੂੰ ਨਾਲ ਲਿਜਾ ਕੇ ਜਾਨਲੇਵਾ ਹਮਲਾ ਕੀਤਾ ਅਤੇ ਪੁਲਿਸ ਵੱਲੋਂ ਨਛੱਤਰ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪ੍ਰਦਰਸ਼ਨ ਕਰ ਰਹੇ ਇਹਨਾਂ ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਵਿਜੇ ਕੁਮਾਰ ਤੇ ਹਮਲਾ ਕਰਦਿਆਂ ਉਸ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਗਈਆਂ ਤੇ ਹਸਪਤਾਲ 'ਚ ਜੇਰੇ ਇਲਾਜ। ਖੁਦ ਵਿਜੇ ਕੁਮਾਰ ਨੇ ਵੀ ਇਹ ਦੋਸ਼ ਲਾਇਆ ਕਿ ਉਸ ਤੇ ਦਾਤਰ ਅਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਤੇ ਉਸ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਗਈਆਂ। ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਪਰ ਪ੍ਰਦਰਸ਼ਨਕਾਰੀਆਂ ਨੂੰ ਲੱਗਿਆ ਕਿ ਸ਼ਾਇਦ ਕਾਰਵਾਈ ਨਹੀਂ ਹੋ ਰਹੀ ਇਸ ਕਰਕੇ ਉਹ ਪ੍ਰਦਰਸ਼ਨ ਕਰ ਰਹੇ ਸਨ। ਕੀ ਗੱਲ ਹੋਈ ਜੀ ਸਰ? ਗੱਲ ਹੋਈ, ਮੈਂ ਆਪਣੇ ਘਰ ਤੋਂ ਬਾਹਰ ਕੋਈ ਦਵਾਈ ਲੈ ਕੇ ਆ ਰਿਹਾ ਸੀ ਅਤੇ ਨਛੱਤਰ ਸਿੰਘ ਉਹਦੇ ਕੋਈ ਸਾਥੀ ਮੁੰਡਾ ਉਹਦਾ ਨਛੱਤਰ ਦਾ ਦੋਵੇਂ ਮੁੰਡੇ ਇੱਕ ਭਣੇਵਾਂ ਇੱਕ ਕਾਲਾ ਡੇਰੀ ਵਾਲਾ ਇੱਕ ਗੈਂਗਸਟਰ ਪੱਤੀ ਅਤੇ ਜੱਟ ਦਾ ਭਰਾ ਮਿੱਠਣ ਇਹ ਬਹੁਤ ਕਾਫੀ ਜਾਣੇ ਹੋਰ 8-10-15 ਜਿਹੜੇ ਅਣਪਛਾਤੇ ਸੀ ਇਹਨਾਂ ਨੂੰ ਕਿ ਮੈਂ ਇਹਨਾਂ ਨੂੰ ਤਾਂ ਪਹਿਚਾਣ ਲਿਆ ਸੀ। ਇਹਨਾਂ ਨੇ ਇਕਦਮ ਹੀ ਮੇਰੇ 'ਤੇ ਦਾਤਰ ਅਤੇ ਛੁਰੀਆਂ ਦੇ ਨਾਲ ਵਾਰ ਕਰਨੇ ਚਾਲੂ ਕਰਦੇ ਅਤੇ ਮੈਨੂੰ ਜਾਨੋਂ ਮਾਰਨ ਦੀ ਨਾ ਕੋਸ਼ਿਸ਼ ਕੀਤੀ ਅਤੇ ਮੈਨੂੰ ਜਾਤੀ ਸੂਚਕ ਇੰਨੀ ਗਾਲ ਕੱਢੀ ਆ, ਕੁੱਤੇ ਚੂੜਿਓ, ਤੁਹਾਨੂੰ ਛੱਡਣਾ ਨਹੀਂ, ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ। ਸਾਡੇ ਸਮਾਜ ਨੂੰ ਇਹਨੇ ਮੈਨੂੰ ਆਪਣਾ ਦੁੱਖ ਨਹੀਂ ਆ, ਜਿਹੜੀਆਂ ਮੇਰੇ ਸਮਾਜ ਨੂੰ ਇਹਨਾਂ ਗਾਲਾਂ ਕੱਢੀਆਂ ਵਾ, ਮੈਨੂੰ ਉਹ ਚੀਜ਼ ਦਾ ਦੁੱਖ ਆ। ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਜਿਹੜੀ ਮੇਰੇ ਜਾਤੀ ਸੂਚਕ ਮੈਨੂੰ ਗਾਲਾਂ ਕੱਢੀਆਂ, ਮੈਨੂੰ ਉਹਦਾ ਇਨਸਾਫ ਦਵਾਇਆ ਜਾਵੇ। ਮੈਨੂੰ ਕੁੱਤਾ ਚੂੜਾ ਜਿਹੜਾ ਨਾ ਕਿਹਾ, ਕੁੱਤੇ ਚੂੜੇ, ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ। ਮੈਨੂੰ ਇਸ ਚੀਜ਼ ਦਾ ਜ਼ਿਆਦਾ ਦੁੱਖ ਆ ਕਿ ਅਸੀਂ ਵਾਲਮੀਕ ਦੀ ਸੱਤਾ ਨਾ ਬਾਬਾ ਅੰਬੇਦਕਰ ਦੇ ਪੂਰਨਿਆਂ 'ਤੇ ਹੀ ਚੱਲਦੇ ਹਾਂ, ਇਹਨਾਂ ਨੇ ਸਾਡੀ ਜਾਤੀ ਨੂੰ ਮਾੜਾ ਬੋਲ ਕੇ ਅਤੇ ਸਾਡੇ 'ਤੇ ਹਮਲੇ ਕਰਦੇ ਆ ਅਤੇ ਇਨਸਾਫ ਮੰਗਦੇ ਹਾਂ ਕਿ ਇਹਨਾਂ 'ਤੇ ਜੋ ਕਾਨੂੰਨੀ ਕਾਰਵਾਈ ਬਣਦੀ ਇਹਨਾਂ 'ਤੇ ਕੀਤੀ ਜਾਵੇ। ਇਹਨਾਂ ਨਜਾਇਜ਼ ਕੀਤੀ ਨਛੱਤਰ ਨੇ, ਬੰਦੇ ਪਾਏ ਆ, ਬੋਤਲਾਂ ਮਾਰੀਆਂ ਵਾ, ਉਹਨੂੰ ਫੜ ਲਿਆ, ਇਕੱਲੇ ਨੂੰ ਦਾਤਰ ਮਾਰੇ ਆ, ਉਹਦਾ ਇਨਸਾਫ ਹੋਣਾ ਚਾਹੀਦਾ। ਉੱਥੋਂ ਦਾ ਮੁੱਖ ਮੰਤਰੀ ਔਰ ਪਿੰਡ ਦਾ ਮੁੱਖ ਆ, ਇਹਨਾਂ ਨੇ ਬਹੁਤ ਗਲਤੀ ਕੀਤੀ ਆ, ਇਹ ਜਿਹੜਾ ਪੁਲਿਸ ਵਾਲਾ ਸਸਪੈਂਡ ਹੋਣਾ ਚਾਹੀਦਾ ਵਾ। ਇਹ ਕੋਈ ਵਿਜੇ ਕੁਮਾਰ ਅਤੇ ਕੋਈ ਨਛੱਤਰ ਸਿੰਘ ਡੇਰੀ ਵਾਲਾ, ਇਹਨਾਂ ਦਾ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀਗਾ, ਉਸ ਸੰਬੰਧ ਦੇ ਵਿੱਚ ਇਹਨਾਂ ਨੂੰ ਸ਼ਾਇਦ ਸੀਗਾ ਵੀ ਸ਼ਾਇਦ ਪਤਾ ਨਹੀਂ ਸਾਡੀ ਕਾਰਵਾਈ ਹੋਣੀ ਹੀ ਨਹੀਂ, ਜਦਕਿ ਕੱਲ੍ਹ ਰਾਤ ਦੀ ਲੜਾਈ ਹੋਈ ਹੈ ਅਤੇ ਅੱਜ ਐਸਆਈ ਉਹਦੀ ਐਵੀਡੈਂਸ ਗਿਆ, ਸਿੱਧੇ ਐਵੀਡੈਂਸ ਤੋਂ ਜਾ ਕੇ ਸਟੇਟਮੈਂਟ ਲੈ ਕੇ ਇਹਨਾਂ ਦੀ ਕਾਰਵਾਈ ਕਰ ਰਿਹਾ। ਪਿੰਡ ਦੇ ਸਾਰਿਆਂ ਦਾ ਭਲਾ ਸੋਚਦੇ ਆ, ਉਹਨਾਂ ਵਾਸਤੇ ਨਾ ਬਹੁਤ ਨੱਕ ਕੀਤਾ ਵਾ, ਨਜਾਇਜ਼ ਉਹਨੂੰ ਕੁੱਟਿਆ ਵਾ, ਉਹਦੇ ਵਾਸਤੇ ਇਨਸਾਫ ਦਿੱਤਾ ਜਾਵੇ ਸਾਨੂੰ। ਜੋ ਵੀ ਆ ਕੁੱਟਿਆ ਨਛੱਤਰ ਨੇ, ਨਛੱਤਰ ਦੇ ਮੁੰਡਿਆਂ ਨੇ, ਨਛੱਤਰ ਨੇ ਜੋ ਕੀਤਾ ਵਾ, ਨਛੱਤਰ ਨੇ ਬੰਦੇ ਪਵਾਏ ਆ, ਚੂੜੇ ਚਾੜੇ, ਕਹਿੰਦਾ ਸਾਡੀ ਜਾਤ ਨੂੰ ਬਰਖਲਾਫ ਬੋਲਦਾ ਏ, ਸਾਡਾ ਪ੍ਰਧਾਨ ਆ ਇਹ, ਸਾਡੇ ਪ੍ਰਧਾਨ ਨੂੰ ਇਹਨਾਂ ਨਜਾਇਜ਼ ਧੱਕਾ ਕੀਤਾ ਉਹਦੇ ਨਾਲ, ਅਸੀਂ ਮੰਗਾਂ ਤੁਹਾਡੇ ਪ੍ਰਧਾਨ ਨੂੰ ਇਨਸਾਫ ਦਿੱਤਾ ਜਾਵੇ ਸਾਨੂੰ। ਮੈਂ ਸੁਖਦੇਵ ਸਿੰਘ ਸੋਨੀ, ਚੇਅਰਮੈਨ ਭਗਵਾਨ ਵਾਲਮੀਕ ਸ਼ਕਤੀ ਸੰਗਠਨ। ਇਹ ਜੋ ਸਾਡੇ ਨਾ ਭਾਈ ਵੀਰ ਸਿੰਘ ਕਲੋਨੀ ਦੇ ਪ੍ਰਧਾਨ ਵਿਜੇ ਕੁਮਾਰ ਜੀ, ਉਹਨਾਂ ਨੇ ਗੱਲ ਸਾਡੇ ਨਛੱਤਰ ਸਿੰਘ ਜੀ ਹੈਗੇ ਆ, ਉਹਨਾਂ ਨੇ ਕੁਝ ਗੈਂਗਸਟਰ ਲੈ ਕੇ ਨਾਲ ਆਪਣੇ ਉਹਨਾਂ 'ਤੇ ਹਮਲਾ ਕੀਤਾ ਅਤੇ ਕਾਫੀ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕਾਫੀ ਉਹਨੂੰ ਜਦੋਂ ਜਹਾਦ ਉਹਨੂੰ ਬਚਾਇਆ ਗਿਆ ਆਪਣੇ ਵੱਲੋਂ, ਉਹਨਾਂ ਨੂੰ ਮਾਰ ਘੱਤਿਆ ਸੀ ਅਤੇ ਗੈਂਗਸਟਰ ਲੈ ਕੇ ਪਏ ਆ ਅਤੇ ਇੱਕ ਸਾਨੂੰ ਸਾਡੀ ਜਾਤੀ ਬਾਰੇ ਚੂੜੇ 'ਚ ਵੱਟੇ ਉਹਨਾਂ ਨੇ ਕਿਹਾ ਵਾ। ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਨੇ ਜਾਤੀ ਬੋਲੇ ਆ, ਅਸੀਂ ਇਹਨਾਂ ਦੇ ਪਰਚਾ ਕਰਾਉਣਾ ਵਾ, ਜਿਹੜਾ ਉਹਨੇ ਮੁੰਡੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਦਾ 307 ਦਾ ਪਰਚਾ ਹੋਣਾ ਚਾਹੀਦਾ ਵਾ ਅਤੇ ਪੁਲਿਸ ਸਾਡਾ ਸਾਹ ਨਹੀਂ ਦੇਣ ਦੀ। ਸਤਪਾਲ ਸਿੰਘ ASI ਜਿਹੜਾ ਉਹਨਾਂ ਨਾਲ ਰਲਿਆ ਵਾ, ਉਹਨੇ ਜੋ ਰਾਤੀ ਜਿੰਨੇ ਮੁੰਡੇ ਕੋਠੇ ਚੜ੍ਹੇ ਸੀ, ਇੱਕ ਅਸੀਂ ਆਪ ਖੁਦ ਖਲੋਤੇ ਸੀ, ਸਾਡੇ ਸਾਹਮਣੇ ਉਹਨੇ ਇਕੱਲਾ ਇਕੱਲਾ ਮੁੰਡਾ ਕਰਕੇ ਘੜਾ ਬਾਹਰ ਕੱਢਿਆ ਉਹਦੇ ਘਰੋਂ, ਇਹ ਸਾਰੀ ਪੁਲਿਸ ਉਹਦੇ ਨਾਲ ਵਾਲੇ ਪੁਲਿਸ ਨੂੰ ਪੈਸੇ ਖਵਾਏ ਉਹਨਾਂ ਨੇ, ਪੁਲਿਸ ਸਾਡਾ ਸਾਥ ਨਹੀਂ ਦੇ ਰਹੀ। ਜਿੰਨੇ ਮੁੰਡਾ ਰਾਤੀ ਦਾ ਤਗੜਾ ਹਮਲਾ ਕੋਈ ਗ੍ਰਿਫਤਾਰ ਨਹੀਂ ਆਇਆ, ਸਾਡੀ ਇਹ ਪੁਲਿਸ ਅਧਿਕਾਰੀਆਂ ਨੇ ਮੰਗ ਆ ਵੀ ਜੋ ਜਿੰਨੇ ਕਾਰਵਾਈ ਕੀਤੀ, ਜਿਹੜੇ ਗੈਂਗਸਟਰ ਸਾਰੇ ਗ੍ਰਿਫਤਾਰ ਕੀਤੇ ਜਾਣ, ਨਹੀਂ ਤਾਂ ਜੱਗੀ ਪੱਧਰੇ ਧਰਨੇ ਲਾਵਾਂਗੇ, ਇੱਥੇ ਜ਼ਿਲ੍ਹੇ ਹਰ ਜ਼ਿਲ੍ਹੇ 'ਚ ਧਰਨਾ ਲੱਗੂਗਾ ਸਾਡਾ।